ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਜਾ ਰਹੇ ਹਾਂ ਜੀ ਘੁੰਮਣ ਫਿਰਨ ਫੈਮਿਲੀ ਸਮੇਤ, ਤੇ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾ ਵਲੌਗ ਸ਼ੁਰੂ ਹੋਣ ਲੱਗਾ ਆ, ਤੁਹਾਨੂੰ ਘੁਮਾਵਾਂਗੇ ਨਾਲ ਨਾਲ ਚੀਜ਼ਾਂ ਵਿਖਾਵਾਂਗੇ। ਮਿਲਦੇ ਹਾਂ ਜੀ, ਆ ਜਾਓ। ਲਓ ਜੀ ਵੇਖ ਲਓ ਬੀਬੀਆਂ ਦੇ ਕੰਮ, ਏਅਰਪੋਰਟ ਪਹੁੰਚ ਗਏ ਤੇ ਨਿਆਣੇ ਦਾ ਸਟੋਲਰ ਘਰ ਭੁੱਲ ਆਏ। ਹੁਣ ਬੈਠਾ ਭੇਜਿਆ ਕਿਸੇ ਨੂੰ ਸਟੋਲਰ ਲੈਣ, ਆਉਂਦੇ ਤੇ ਜਾਂਦੇ ਅੰਦਰ। ਲਓ ਜੀ ਆ ਗਿਆ ਜੀ ਸਟੋਲਰ, ਦੌੜਾਂ ਲਵਾਤੀਆਂ ਸਟੋਲਰ ਨੇ, ਚੱਲ ਭਾਊ। ਚਲੋ ਜੀ ਪਲੇਨ 'ਚ ਬੋਰਡਿੰਗ ਡਨ, ਟੈਚੀਆਂ ਸੋਫੀਆ। ਲਓ ਜੀ ਵੈਨਕੂਵਰ ਹੋ ਗਈ ਲੈਂਡ, ਤੇ ਉੱਥੋਂ ਸ਼ਾਮ ਦੀ ਫਲਾਈਟ ਹੈ ਸਾਡੀ ਅਗਲੀ, ਇੱਥੋਂ ਜਾਣਾ ਸੀ ਹਵਾਈ। ਇਹ ਜੀ ਵੈਨਕੂਵਰ ਏਅਰਪੋਰਟ ਦਾ ਵਿਊ, ਇੱਥੋਂ ਇੱਧਰ ਦੀ ਗੱਲ ਕਰੀਏ ਲੈਫਟ ਸਾਈਡ ਨੂੰ, ਇੱਧਰ ਸਮੁੰਦਰ ਸ਼ੁਰੂ ਹੋ ਜਾਂਦਾ ਉੱਥੋਂ ਸਾਰਾ, ਅਤੇ ਇੱਧਰ ਨੂੰ ਸਾਰੀ ਪਹਾੜੀ ਹੈ। ਇੱਧਰ ਨੂੰ ਜੀ ਦੇਖੋ ਪਹਾੜੀ ਸਾਰੀ, ਜਿਹੜੀਆਂ ਚੀਜ਼ਾਂ ਨੂੰ ਛੱਡ ਚੁੱਕੇ ਹਾਂ ਭੁੱਲ ਚੁੱਕੇ ਹਾਂ, ਅੱਜ ਵੀ ਇੱਥੇ ਵਰਤੋਂ 'ਚ ਆਉਂਦੀਆਂ ਨੇ। ਇਹ ਟੈਰਸ ਦਾ ਸਿੱਕੇ ਪਾਓ, ਕਾਲ ਕਰੋ ਕਿਤੇ ਵੀ, ਜੇ ਬਾਈ ਚਾਂਸ ਫੋਨ ਨਹੀਂ ਹੈਗਾ ਤੁਹਾਡੇ ਕੋਲ। ਸਾਰੇ ਸ਼ਹਿਰ ਦੀ ਡਾਇਰੈਕਟਰੀ ਪਈ ਹੈ ਥੱਲੇ ਜੀ, ਥੱਲੇ ਇੱਥੇ ਸਾਡਾ ਜਹਾਜ਼, ਇਹ ਤੇ ਜਾਵਾਂਗੇ ਹਵਾਈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪਹੁੰਚ ਗਏ ਜੀ ਹਵਾਈ। 30 ਡਿਗਰੀ ਦੇ ਆਸ ਪਾਸ ਮੌਸਮ ਹੈ, ਪੂਰੀ ਗਰਮੀ ਦਾ ਮੌਸਮ ਹੈ, ਹਾਲਾਂਕਿ ਇਹ ਵਿੰਟਰ ਹੈ ਇਹਨਾਂ ਦਾ। ਫੂਡ ਟਰੱਕ ਲੱਗੇ ਨੇ, ਠੰਡੇ ਬੱਤੇ ਪੀਣ ਨੂੰ, ਆਈਸਕ੍ਰੀਮ, ਪਾਈਨਐਪਲ, ਇੱਥੋਂ ਦਾ ਮਸ਼ਹੂਰ ਅਤੇ ਫੇਵਰੇਟ ਫਰੂਟ ਕਹਿ ਸਕਦੇ ਹਾਂ, ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਪਾਈਨਐਪਲ ਦੀ। ਜੇ ਕਿਸੇ ਨੇ ਕੰਮ ਕੀਤਾ ਹੋਊ ਕਿਤੇ ਪਤਾ ਹੋਊ, ਡੋਲ ਇਸ ਕੰਪਨੀ ਦੇ ਕੈਨ ਆਉਂਦੇ ਆ ਜੀ ਪਾਈਨਐਪਲ ਦੇ, ਪੀਜ਼ੇ ਸਟੋਰਾਂ 'ਚ, ਰੈਸਟੋਰੈਂਟਾਂ ਦੇ ਡੋਲ, ਇਹ ਇੱਥੋਂ ਜਾਂਦਾ ਸਾਰਾ ਪਾਈਨਐਪਲ ਬਣ ਕੇ। ਅਤੇ ਪਾਈਨਐਪਲ ਬਹੁਤ ਇੱਥੇ ਜ਼ਿਆਦਾ ਮਸ਼ਹੂਰ ਆ, ਹਰ ਜਗ੍ਹਾ ਤੁਹਾਨੂੰ ਪਾਈਨਐਪਲ ਦੇ ਸਮੂਦੀਆਂ ਅਤੇ ਪਾਈਨਐਪਲ ਮਿਲਣਗੇ ਫੂਡ ਟਰੱਕ। ਕੱਲੀ ਭੱਜ ਗਈ, ਵਾਈ। ਇੱਥੋਂ ਦੇ ਹੋਟਲ ਵੀ ਕਹਿੰਦੇ ਵੀ ਬਹੁਤ ਸੋਹਣੇ ਸੋਹਣੇ ਬਣੇ ਨੇ ਮੌਸਮ ਦੇ ਹਿਸਾਬ ਨਾਲ। ਲਓ ਵੇਖੋ ਜੀ ਹੋਟਲ ਦਾ ਪੌਂਡ ਹੈ ਜੀ, ਹੋਟਲ ਦੇ ਪੌਂਡ 'ਚ ਮੱਛੀਆਂ, ਆਮ ਟ੍ਰੀ, ਕੋਕੋਨਟ ਟ੍ਰੀ, ਨਿੱਕੇ ਨਿੱਕੇ ਸਵਿਮਿੰਗ ਪੂਲ ਬਣੇ ਨੇ ਬੱਚਿਆਂ ਲਈ ਸਪੈਸ਼ਲ। ਹੋਟਲ ਹੋਟਲ ਸਾਰੇ ਆਸੇ ਪਾਸੇ ਹੋਟਲ ਹੀ ਨੇ, ਇੱਥੇ ਦੁਨੀਆ ਭਰ ਤੋਂ ਲੋਕ ਆਉਂਦੇ ਨੇ। ਵੇਖੋ ਹੋਟਲ ਦੀ ਗੈਲਰੀ 'ਚੋਂ ਵਿਊ ਵੇਖੋ ਜੀ, ਹੋਟਲ ਐਂਟਰੈਂਸ ਵਿਊ ਗੈਲਰੀ 'ਚੋਂ, ਟੈਚੀਆਂ ਵੇਖੋ ਜਿੱਦਾਂ ਏਅਰਪੋਰਟ 'ਤੇ ਆਏ ਹੁੰਦੇ ਹਾਂ। ਲੱਗਾ ਤਾਂ ਮੈਂ ਫੋਟੋ ਖਿੱਚਣ ਲੱਗ ਗਿਆ ਵਾਂ, ਪਿੱਪਲ ਅੱਗੇ ਬਹੁੜੇ, ਬੜਾ ਪੁਰਾਣਾ ਚੀਨੀਆਂ ਦਾ ਮੰਦਿਰ ਜਿਹਾ ਬਣਿਆ ਇੱਥੇ। ਦਾ ਕਨਵੀਨੀਅੰਸ ਸਟੋਰ ਹੁੰਦੇ ਆਪਣੇ ਇੱਥੇ, ABC ਸਟੋਰ ਆ ਜੀ, ਬਹੁਤ ਮਸ਼ਹੂਰ ਹੈ ਸਾਰੇ ਸ਼ਹਿਰ 'ਚ ਹੀ ਨੇ ABC, ਇੱਕ ਇੱਧਰ ਆ, ਇੱਕ ਹੋਰ ਅੱਗੇ ਹੋਰ ਰੱਖੋ ABC, ਇਹ ਸਾਰੇ ਸ਼ਹਿਰ 'ਚ ਦੇਖਣੇ ਤੁਹਾਨੂੰ ਇੱਥੋਂ। ਆ ਵਿਖਾਈਏ ਤੁਹਾਨੂੰ ਵੀਰੇ ਅੰਦਰ ਕੀ ਮਿਲਦਾ। ਲਓ ਜੀ ਦਾਰੂ ਵੀ ਮਿਲਦੀ ਇੱਥੋਂ, ਇਹ 7-Eleven ਹੀ ਸਮਝੋ ਇੱਕ ਹਿਸਾਬ ਦਾ ਇਹਨੂੰ। ਇੱਥੇ ਤੁਹਾਨੂੰ ਫਰੂਟ ਫਰਾਟ ਵੀ ਮਿਲ ਜੂਗਾ, ਗਰੋਸਰੀ ਵੀ ਮਿਲ ਜਾਂਦੀ ਥੋੜ੍ਹੀ ਬਹੁਤੀ, ਜ਼ਰੂਰੀ ਵਸਤੂ ਸਮਾਨ ਮਿਲ ਜਾਂਦਾ ਹੈ। ਫਿਰ ਸੁਵੀਨੀਅਰ ਆ ਗਏ ਹਵਾਈ ਦੇ, ਵੇਖੋ ਕੱਪੜੇ ਹਵਾਈ ਦੇ, ਚੱਪਲਾਂ ਨੰਗੇ ਪੈਰੀ ਤਾਂ ਰਹਿਣਾ ਪੈਂਦਾ ਇੱਥੇ ਬੀਚਾਂ ਦੇ, ਚੱਪਲਾਂ, ਟਾਵਲ, ਟੀ ਸ਼ਰਟਸ, ਬਾਡੀ ਲੋਸ਼ਨ, ਸਨਸਕ੍ਰੀਨ, ਸਭ ਕੁਛ ਮਿਲ ਜਾਂਦਾ। ਦੁਕਾਨ ਲੱਭੀ ਹੈ ਜੀ, ਮੋਤੀ ਕੱਢ ਕੇ ਦਿੰਦੇ ਨੇ $18 'ਚ।
ਇੰਨਾ ਫਰੈਸ਼ ਮੋਤੀ ਤੇ ਕਿਤੇ ਵੀ ਨਹੀਂ ਵੇਖਿਆ ਹੋਣਾ। ਮੌਕੇ ਤੇ ਕੱਢੋ, ਮੋਤੀ ਤੇ ਲੈ ਜਾਓ ਆਪਦਾ। ਉੱਤੇ ਮੰਦਰ ਜਿਹਾ ਲੱਗਦਾ ਤੇ ਬਿੱਤੀ ਖੂਬਸੂਰਤੀ। ਹਰ ਹੋਟਲ ਦੇ ਅੱਗੇ ਵਧੀਆ ਝਰਨੇ, ਪੌਂਡ, ਬਖਤਾਂ। ਸਾਡਾ ਹੋਟਲ ਉਹ ਵਾਲਾ ਜੀ, ਇਹ ਜੀ ਸਾਡੇ ਹੋਟਲ ਦਾ ਵਿਊ। ਉਹ ਸਾਹਮਣੇ ਸਮੁੰਦਰ ਹੈ। ਇਹ ਜੀ ਸਾਡਾ ਡੇ ਸੈਕਿੰਡ ਰਹਿਵਾਈ। ਉਹ ਸਾਹਮਣੇ ਜਿਹੜਾ ਭਾਰਤੀ ਦਾ ਉਹਦਾ ਨਾਂ ਹੈ ਡਾਇਮੰਡ ਹੈੱਡ। ਇਹ 1825 ਦਾ ਨਾਂ ਪਿਆ ਸੀ ਜੀ ਡਾਇਮੰਡ ਹੈੱਡ ਨੇ। ਪਹਿਲਾਂ ਵੋਲਕੈਨੋ ਸੀਗਾ, ਹੁਣ ਕੋਈ ਇਹਦੇ ਚਾਂਸ ਨਹੀਂ ਗਏ। ਮਿਲਟਰੀ ਨੇ ਵੀ ਯੂਜ ਕੀਤਾ ਆਪਣਾ ਏਰੀਆ ਬਹੁਤ ਟਾਈਮ, 1900 ਇੱਥੇ ਤੁਸੀਂ ਜਾ ਸਕਦੇ ਜੇ ਹਾਈਕਿੰਗ ਕਰਕੇ ਉੱਪਰ ਟੋਪ ਤੱਕ। ਅਸੀਂ ਲਾਸਟ ਟਾਈਮ ਗਏ ਸੀ, ਮੈਂ ਕੁਛ ਵੀਡੀਓ ਫੋਟੋ ਪਾਵਾਂਗਾ ਉਹਦੇ ਵਿੱਚ। 45 ਤੋਂ 50 ਮਿੰਟ ਦੀ ਹਾਈਕ ਹੈ ਇਹਦੀ ਉੱਪਰ ਜਾਣ ਦੀ। ਉਹਦੇ 'ਚ ਤੁਹਾਨੂੰ ਪੌੜੀਆਂ, ਹਾਈਕਿੰਗ, ਪਹਾੜ, ਕਾਫੀ ਕੁਛ ਚੜ੍ਹਨਾ ਪੈਂਦਾ ਉੱਪਰ ਜਾ ਕੇ। ਉਹ ਚੋਟੀ 'ਤੇ ਪਹੁੰਚ ਜਾਂਦੇ ਤੁਸੀਂ, ਫਿਰ ਆ ਜਿੱਥੇ ਖੜ੍ਹੇ ਸਾਰਾ ਵਿਊ ਦਿਖਦਾ ਉੱਥੋਂ। ਲਓ ਜੀ, ਆ ਗਏ ਚਿਲਡਰਨਸ ਡਿਸਕਵਰੀ ਸੈਂਟਰ, ਬੱਚਿਆਂ ਲਈ ਬਣਿਆ। ਇਹ ਐਂਟਰੀ ਸੀ ਜੀ ਚਿਲਡਰਨਸ ਡਿਸਕਵਰੀ ਸੈਂਟਰ ਦੀ। ਬੱਚੇ ਦੀਆਂ ਫੋਟੋਆਂ ਲੱਗੀਆਂ ਨੇ, ਬੜਾ ਵਧੀਆ ਲੱਗਿਆ ਵੇਖ ਕੇ। ਪੱਗ ਵਾਲੇ ਬੱਚੇ ਦੀਆਂ ਫੋਟੋਆਂ ਬਣਾਈਆਂ ਨੇ ਦੋ ਵਿੱਚ। ਆਹ ਦੇਖੋ ਸਪੈਸ਼ਲ ਦੋ ਬੱਚੇ ਬਣਾਏ ਆ ਪੱਗ ਵਾਲੇ। ਸੋਫੀਆ ਡਾਕਟਰ ਬਣੀ, ਬੱਚੇ ਚੈੱਕ ਕਰਦੀ, ਬ੍ਰਸ਼ ਕਰਨਾ ਸਿਖਾਓ ਬੱਚਿਆਂ ਨੂੰ, ਇਸ ਹਿਸਾਬ ਨਾਲ ਚੀਜ਼ਾਂ ਸਿਖਾਉਣ ਨੂੰ ਬਣੀਆਂ ਨੇ। ਇਹ ਗਰੋਸਰੀ ਸਟੋਰ ਬਣਿਆ ਬੱਚਿਆਂ ਲਈ, ਇੱਥੇ ਮਕੈਨਿਕ ਸ਼ੋਪ ਬਣੀ ਹੈ। ਬੱਚੇ ਕੰਮ ਸਿੱਖੋ, ਫਨ ਕਰੋ, ਉੱਪਰ ਜਾਓ, ਕੁਛ ਉੱਪਰ ਹੋਰ ਕੁਛ ਬਣਿਆ ਲੱਗੀ ਆ ਫਾਇਰ ਟਰੱਕ। ਇਹ ਬਣੀ ਲਾਇਬ੍ਰੇਰੀ ਬੱਚਿਆਂ ਦੇ ਲਈ, ਲਾਇਬ੍ਰੇਰੀ। ਲਓ ਜੀ ਪਲੇਨ ਬਣਿਆ ਸਾਰਾ ਬੱਚਿਆਂ ਲਈ। ਕਣਕ ਲੋਨ ਬਣਿਆ ਬੱਚਿਆਂ ਦੇ। ਕੋਰੀਆ ਦਾ ਪਿੰਡ ਦਾ ਘਰ, ਕੱਪੜੇ। ਮਿੱਟੀ ਦੇ ਭਾਂਡੇ, ਚੁੱਲ੍ਹੇ ਵਿਖਾਉਣੇ। ਬੋਰਡ ਮਿਲਿਆ ਜੀ ਬੜਾ ਵੱਡਾ ਵੇਖਣ ਨੂੰ। ਵਾਹ 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 ਵਾਹ, ਪਿੰਡ 'ਚ ਇੱਥੇ ਆ ਗਿਆ, ਡਿਪੈਂਡ ਹੁੰਦਾ ਸੀ ਘਰ ਦੇ ਬਾਹਰ। ਬੜਾ ਤਗੜਾ ਬੋਰਡ ਸੀਗਾ, ਕਿੰਨਾ ਪੁਰਾਣਾ ਹੋਊਗਾ ਵੇਖੋ ਜੀ। ਇਹਦੇ ਹਿਲਟਨ ਹੋਟਲ ਇੱਥੇ ਸਾਹਮਣੇ, ਹਰ ਫਰਾਈਡੇ ਨੂੰ ਇਹ ਕਰਦੇ ਆ ਫਾਇਰ ਵਰਕਸ ਪਟਾਕੇ। ਆਹ ਤਿਆਰੀ ਹੋਣ ਡਈ ਬਹੁਤ ਚਿਰ ਦੀ, ਸ਼ੁਰੂ ਹੋਣ ਵਾਲੇ ਥੋੜ੍ਹੇ ਚਿਰ 'ਚ ਬਸ। ਇਹ ਲੱਗੇ ਨੇ 4-5 ਘੰਟਿਆਂ ਤਿਆਰੀ ਕਰਨ। ਇਹ ਹਰ ਫਰਾਈਡੇ ਨੂੰ ਹੁੰਦੀ ਆ ਫਾਇਰ ਵਰਕਸ ਇੱਥੇ। ਇਹ ਹਵਾਈ ਦਾ ਏਅਰਪੋਰਟ, ਫੈਂਸੀ ਫੈਂਸੀ ਦੁਕਾਨਾਂ ਸਾਰੀਆਂ ਇੱਥੇ। ਏਅਰਪੋਰਟ 'ਤੇ ਹੋਰ ਕੋਈ ਫਰੂਟ ਨਹੀਂ ਮਿਲਦਾ ਲਾਈਕ ਫੋਰ ਸੇਲ, ਤੁਸੀਂ ਬਾਏ ਨਹੀਂ ਕਰ ਸਕਦੇ। ਸਿਰਫ ਪਾਈਨਐਪਲ ਤਾਜ਼ੇ ਡੱਬੇ 'ਚ ਇੱਦਾਂ ਤੁਸੀਂ ਲੈ ਸਕਦੇ ਜੀ, ਓਨਲੀ ਪਾਈਨਐਪਲ, ਹੋਰ ਕੋਈ। ਸੋਫੀਆ
अज साडा लास्ट डे हवाई च वापसी नहीं अगे ना ऑस्ट्रेलिया ओ साडा जहाज़ जेट स्टार बेबी वाली सीट लगी स्पेशल बहुत बहुत मेहरबानी जी थैंक यू जिन्हें जिन्हें व्लॉग वेख्या ये साडा छोटा जिहा स्टॉप सीगा हवाई दो दिन का तो अगे साडी जर्नी कंटिन्यू जा रही ऑस्ट्रेलिया अगले व्लॉग उत्थे बनावांगे जाके देखियो जरूर भी थैंक यू।